ਓਸ਼ੋ ਦੇ ਲੈਕਚਰ। ਮੈਂ ਨੂੰ ਜਾਣਨ ਲਈ ਬਾਹਰ ਨਹੀਂ ਅੰਦਰ ਚੱਲਣਾ ਹੈ, ਪਰ ਮਨੁੱਖ ਦੀਆਂ ਸਾਰੀਆਂ ਇੰਦਰੀਆਂ ਉਹਨੂੰ ਬਾਹਰ ਲਿਜਾਉਂਦੀਆਂ। ਉਹ ਸਭ ਬਾਹਰ ਮੁਖੀ ਹਨ। ਉਹਦੀਆਂ ਅੱਖਾਂ ਬਾਹਰ ਦੇਖਦੀਆਂ, ਉਹਦੇ ਹੱਥ ਬਾਹਰ ਫੈਲਦੇ ਹੈ, ਉਹਦੇ ਕਦਮ ਬਾਹਰ ਚੱਲਦੇ, ਉਹਦਾ ਮਨ ਵੀ ਬਾਹਰ ਨੂੰ ਹੀ ਝਲਕਾਉਂਦਾ ਹੈ, ਬਾਹਰ ਦੀ ਪਰਤਵੀਂ ਆਵਾਜ਼ ਕਰਦਾ। ਇਹੀ ਕਾਰਨ ਹੈ ਉਹਨੇ ਭਗਵਾਨ ਦੀਆਂ ਮੂਰਤੀਆਂ ਬਣਾ ਲਈਆਂ, ਸੱਚ ਦੇ ਮੰਦਰ ਉਸਾਰ ਲਏ ਤਾਂ ਜੋ ਉਹਦੀਆਂ ਅੱਖਾਂ ਭਗਵਾਨ ਦੇ ਦਰਸ਼ਨ ਕਰ ਸਕਣ, ਉਹਦੇ ਕਦਮ ਸੱਚ ਦੀ ਯਾਤਰਾ ਕਰ ਸਕਣ। ਇਹ ਆਤਮ ਠੱਗੀ ਖੁਦ ਅਸਾਂ ਕਰ ਲਈ ਹੈ। ਇਹ ਜ਼ਹਿਰ ਖੁਦ ਅਸੀਂ ਆਪਣੇ ਹੱਥੀਂ ਪੀ ਲਿਆ। ਇਸ ਠੱਗੀ ਅਤੇ ਇਸ ਜ਼ਹਿਰ ਦੀ ਮੂਰਛਾ 'ਚ ਅਸੀਂ ਆਪਣਾ ਸਾਰਾ ਜੀਵਨ ਖਰਚ ਅਤੇ ਬਤੀਤ ਕਰ ਦਿੰਦੇ ਹਾਂ। ਇੰਦਰੀਆਂ ਦੀ ਸਹੂਲਤ ਖਾਤਰ ਅਸੀਂ ਧਰਮ ਦੀ ਬਾਹਰ ਹੀ ਕਲਪਨਾ ਅਤੇ ਸ੍ਰਿਸ਼ਟੀ ਕਰ ਲਈ ਹੈ। ਜਦਕਿ ਧਰਮ ਨੂੰ ਜਾਣਨ ਲਈ ਸਾਨੂੰ ਇੰਦਰੀਆਂ ਦੇ ਪਿੱਛੇ ਜਾਣਾ ਜ਼ਰੂਰੀ ਹੈ। ਜੋ ਗਿਆਨ, ਜੋ ਚੇਤਨਾ ਇੰਦਰੀਆਂ ਦੇ ਜ਼ਰੀਏ ਜਗਤ ਨੂੰ ਜਾਣਦੀ ਹੈ, ਉਸੇ ਨੇ ਖੁਦ ਜਾਣਨਾ ਹੋਵੇ ਤਾਂ ਇੰਦਰੀਆਂ ਜ਼ਰੀਆ ਨਹੀਂ ਹੋ ਸਕਦੀਆਂ। ਜੋ ਜਾਣ ਰਿਹਾ ਹੈ, ਜੋ ਗਿਆਨ ਹੈ, ਉਹ ਖੁਦ ਹੀ ਜਾਣੇ, ਜਾਣ ਵਾਲੇ ਵਾਂਗ ਨਹੀਂ ਜਾਣਿਆ ਜਾ ਸਕਦਾ। ਜੋ ਦ੍ਰਿਸ਼ਟ ਹੈ, ਜੋ ਦਰਸ਼ਨ ਦੀ ਸ਼ਕਤੀ ਹੈ, ਉਹਦਾ ਖੁਦ ਦ੍ਰਿਸ਼ ਵਾਂਗ ਦਰਸ਼ਨ ਨਹੀਂ ਹੋ ਸਕਦਾ। ਵਿਸ਼ਾ ਸਬਜੈਕਟ ਕਦੇ ਵੀ ਵਿਸ਼ਾ ਵਸਤੂ ਆਬਜੈਕਟ 'ਚ ਤਬਦੀਲ ਅਤੇ ਪਤਿਤ ਨਹੀਂ ਹੋ ਸਕਦਾ। ਇਹ ਸੌਖੀ ਜਿਹੀ ਸਿੱਧੀ ਜਿਹੀ ਗੱਲ ਧਿਆਨ 'ਚ ਨਾ ਆਉਣ ਨਾਲ ਸਾਰੀ ਭੁੱਲ ਹੋ ਗਈ। ਪਰਮਾਤਮਾ ਦੀ ਖੋਜ ਹੁੰਦੀ ਹੈ ਜਿਵੇਂ ਕੋਈ ਉਹ ਬਾਹਰਲੀ ਵਸਤੂ ਹੈ, ਉਹਨੂੰ ਪਾਉਣ ਲਈ ਪਹਾੜਾਂ ਅਤੇ ਜੰਗਲਾਂ ਦੀਆਂ ਯਾਤਰਾਵਾਂ ਹੁੰਦੀਆਂ, ਜਿਵੇਂ ਉਹ ਕੋਈ ਬਾਹਰ ਦਾ ਵਿਅਕਤੀ ਹੈ। ਇਹ ਸਭ ਕਿਹੋ ਜਿਹਾ ਪਾਗਲਪਣ ਹੈ, ਉਹਨੂੰ ਢੂੰਡਣਾ ਨਹੀਂ, ਜੋ ਢੂੰਡ ਰਿਹਾ ਉਹਨੂੰ ਹੀ ਜਾਣਨ ਨਾਲੋਂ ਮਿਲ ਜਾਂਦਾ, ਉੱਥੇ ਹੀ ਹੈ, ਖੋਜ ਵਿੱਚ ਨਹੀਂ, ਖੋਜਣ ਵਾਲੇ 'ਚ ਹੀ ਉਹ ਛੁਪਿਆ ਹੋਇਆ। ਸੱਚ ਤੁਹਾਡੇ ਅੰਦਰ ਹੈ, ਸੱਚ ਮੇਰੇ ਅੰਦਰ ਹੈ, ਉਹ ਕੱਲ੍ਹ ਤੁਹਾਡੇ ਅੰਦਰ ਨਹੀਂ ਹੋਏਗਾ, ਉਹ ਇਸੇ ਛਿਨ ਹੁਣੇ ਅਤੇ ਇੱਥੇ ਤੁਹਾਡੇ ਅੰਦਰ ਹੈ। ਮੈਂ ਹਾਂ, ਇਹ ਹੋਣਾ ਹੀ ਮੇਰਾ ਸੱਚ ਹੈ। ਜੋ ਵੀ ਮੈਂ ਦੇਖ ਰਿਹਾ, ਹੋ ਸਕਦਾ ਕਿ ਸੱਚ ਨਾ ਹੋਵੇ, ਹੋ ਸਕਦਾ ਉਹ ਸਭ ਸੁਪਨਾ ਹੀ ਹੋਵੇ, ਕਿਉਂਕਿ ਮੈਂ ਸੁਪਨੇ ਵੀ ਵੇਖਦਾ ਅਤੇ ਦੇਖਦੇ ਸਮੇਂ ਉਹ ਸੱਚ ਹੀ ਜਾਪਦੇ ਹੈ, ਸਭ ਦਿਖਾਈ ਪੈ ਰਿਹਾ। ਸੰਸਾਰ ਵੀ ਸੁਪਨਾ ਹੀ ਹੋ ਸਕਦਾ, ਤੁਸੀਂ ਮੇਰੇ ਲਈ ਸੁਪਨਾ ਹੋ ਸਕਦੇ ਹੋ ਸਕਦਾ ਮੈਂ ਸੁਪਨੇ ਵਿੱਚ ਹਾਂ, ਤੁਸੀਂ ਮੌਜੂਦ ਨਹੀਂ ਹੋ, ਪਰ ਦੇਖਣ ਵਾਲਾ ਦ੍ਰਿਸ਼ਟਾ ਅਸੱਚ ਨਹੀਂ ਹੋ ਸਕਦਾ, ਉਹ ਸੁਪਨਾ ਨਹੀਂ ਹੋ ਸਕਦਾ, ਵਰਨਾ ਸੁਪਨਾ ਦੇਖਣਾ ਉਹਦੇ ਲਈ ਸੰਭਵ ਨਹੀਂ ਹੋ ਸਕਦਾ ਸੀ। ਸੁਪਨਾ ਹੀ ਸੁਪਨੇ ਨੂੰ ਨਹੀਂ ਦੇਖ ਸਕਦਾ, ਅਸੱਚ ਹੀ ਅਸੱਚ ਨੂੰ ਹੀ ਜਾਣ ਸਕਦਾ। ਸੁਪਨਾ ਦੇਖਣ ਨੂੰ ਕੋਈ ਚਾਹੀਦਾ ਜੋ ਕਿ ਸੁਪਨਾ ਨਾ ਹੋਵੇ। ਅਸੱਚ ਦਰਸ਼ਨ ਲਈ ਵੀ ਸੱਚ ਦ੍ਰਿਸ਼ਟਾ ਲਾਜ਼ਮੀ ਹੈ। ਇਸ ਲਈ ਮੈਂ ਕਹਿੰਦਾ ਸੱਚ ਹਾਂ, ਮੈਂ ਸੱਚ ਹਾਂ, ਸੱਚ ਹੀ ਮੇਰਾ ਹੋਣਾ ਬੀਂਗ ਹੈ। ਇਹਨੂੰ ਭਾਲਣ ਕਿਤੇ ਨਹੀਂ ਜਾਣਾ, ਇਹਨੂੰ ਆਪਣੇ ਵਿੱਚ ਹੀ ਭਾਲ ਲੈਣਾ। ਖੂਹ ਪੁੱਟਦੇ ਹਨ, ਉਵੇਂ ਇਹਨੂੰ ਵੀ ਪੁੱਟ ਲੈਣਾ। ਮਿੱਟੀ ਦੀਆਂ ਕੁਝ ਪਰਤਾਂ ਜਲ ਸੋਮਿਆਂ ਨੂੰ ਦਬਾਈ ਰੱਖਦੀਆਂ, ਉਹਨਾਂ ਪਰਤਾਂ ਨੂੰ ਬਸ ਹਟਾਉਣਾ ਭਰ ਹੈ। ਜਲ ਸੋਮੇ ਪ੍ਰਾਪਤ ਹੋ ਜਾਂਦੇ ਆ, ਸਵੈ ਨੂੰ ਕੁਝ ਪਰ ਦੀਆਂ ਹੋਰਨਾਂ ਦੀਆਂ ਪਰਤਾਂ ਨੇ ਦਬਾ ਰੱਖਿਆ, ਉਹਨਾਂ ਨੂੰ ਬਸ ਤੋੜਨਾ ਭਰ ਹੀ ਹੈ। ਉਹ ਉਪਲਬਧ ਹੋ ਜਾਂਦਾ ਜਿਹਦੀ ਕਿ ਜਨਮਾਂ ਜਨਮਾਂ ਤੋਂ ਭਾਲ ਸੀ ਅਤੇ ਜਿਹਦਾ ਪਾਣਾ ਨਹੀਂ ਹੋ ਸਕਿਆ, ਕਿਉਂਕਿ ਅਸੀਂ ਉਹਨੂੰ ਦੂਰ ਭਾਲਦੇ ਰਹੇ ਹਾਂ, ਜਦਕਿ ਉਹ ਨੇੜੇ ਹੀ ਹੈ, ਜਦਕਿ ਉਹੀ ਹੈ ਜੋ ਕਿ ਭਾਲ ਰਿਹਾ ਹੈ। ਆਤਮਾ ਦਾ ਖੂਹ ਪੁੱਟਣਾ ਹੈ, ਉਸ ਪੁਟਾਈ ਦਾ ਔਜ਼ਾਰ ਧਿਆਨ ਮੈਡੀਟੇਸ਼ਨ ਹੈ। ਧਿਆਨ ਦੀ ਕੁਦਾਲੀ ਨਾਲ ਸੁਭਾਅ 'ਤੇ ਬੈਠੀ ਪਰ ਭਾਵ ਦੀ ਮਿੱਟੀ ਦੀਆਂ ਪਰਤਾਂ ਪੁੱਟਣੀਆਂ ਹਨ, ਇਹੀ ਉਪਚਾਰ ਹੈ। ਇਹਦੀ ਹੀ ਮੈਂ ਚਰਚਾ ਕਰਨੀ ਚਾਹੁੰਦਾ। ਸੁਭਾਅ ਉੱਤੇ, ਮੇਰੀ ਸਵੈ ਸੱਤਾ ਉੱਤੇ ਕਿਹਦਾ ਪਰਦਾ ਹੈ, ਇਹ ਜਾਣਨਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਉਹ ਕੀ ਹੈ ਜੋ ਮੈਨੂੰ ਮੈਥੋਂ ਛੁਪਾਈ ਬੈਠਾ ਹੈ? ਕੀ ਤੁਹਾਨੂੰ ਦਿਸਦਾ ਹੈ ਕਿ ਪਰਦਾ ਸਮਝ 'ਚ ਨਹੀਂ ਆਉਂਦਾ? ਜਦ ਅੰਦਰ ਜਾਂਦੇ ਹੋ ਤਾਂ ਕਿਹਨੂੰ ਪਾਉਂਦੇ ਹੋ? ਹਿਊਮ ਨੇ ਕਿਹਾ, ਜਦ ਵੀ ਮੈਂ ਅੰਦਰ ਗਿਆ ਤਾਂ ਵਿਚਾਰਾਂ ਅਤੇ ਵਿਚਾਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਇਆ। ਉਹਨੂੰ ਕੋਈ ਆਤਮਾ ਨਹੀਂ ਮਿਲੀ, ਇਸ ਤਰ੍ਹਾਂ ਦਾ ਤੁਹਾਨੂੰ ਵੀ ਨਹੀਂ ਮਿਲੇਗੀ। ਉਹ ਪਰਦੇ ਤੋਂ ਹੀ ਪਰਤ ਆਇਆ ਸੀ, ਉਸ ਖੋਲ ਤੋਂ ਹੀ ਪਰਤ ਆਇਆ, ਜਿਹਨੂੰ ਤੋੜ ਕੇ ਅੰਦਰ ਜੋ ਹੈ ਉਹਦੇ ਦਰਸ਼ਨ ਕੀਤੇ ਜਾ ਸਕਦੇ ਆ। ਜਿਵੇਂ ਕੋਈ ਕਿਸੇ ਝੀਲ 'ਤੇ ਜਾਵੇ, ਉਹਦੀ ਸਤ੍ਹਾ 'ਤੇ ਛਾਈਆਂ ਕਾਈ ਦੀਆਂ ਪਰਤਾਂ ਪੱਤਿਆਂ ਨੂੰ ਦੇਖ ਕੇ ਪਰਤ ਆਏ ਅਤੇ ਕਹੇ ਉੱਥੇ ਤਾਂ ਕੋਈ ਝੀਲ ਹੀ ਨਹੀਂ ਹੈ। ਆਮ ਤੌਰ 'ਤੇ ਇਉਂ ਹੀ ਹੁੰਦਾ, ਅੰਦਰ ਤਾਂ ਅਸੀਂ ਰੋਜ਼ ਆਉਂਦੇ ਹਾਂ, ਪਰ ਉਹਨਾਂ ਵਿਚਾਰ ਵਸਤਰਾਂ ਨੂੰ ਦੇਖ ਕੇ ਪਰਤ ਆਉਂਦੇ ਹਾਂ ਜੋ ਕਿ ਲਗਾਤਾਰ ਉੱਥੇ ਮੌਜੂਦ ਹੈ। ਵਿਚਾਰ ਤੋਂ ਇਲਾਵਾ ਤੁਸੀਂ ਕੁਝ ਨਹੀਂ ਜਾਣਦੇ, ਉਹੀ ਤੁਹਾਡਾ ਸੰਸਾਰ ਹੈ ਜਿਹੜਾ ਸਿਰਫ ਵਿਚਾਰਾਂ 'ਚ ਹੀ ਜਿਉਂਦਾ ਹੈ, ਉਹੀ ਸੰਸਾਰੀ ਹੈ। ਵਿਚਾਰਾਂ ਦੇ ਪਾਰ ਕਿਸੇ ਨੂੰ ਜਾਣਨਾ ਧਾਰਮਿਕ ਹੋਣ ਦਾ ਆਰੰਭ ਹੈ। ਨਿਰਵਿਚਾਰ ਨੂੰ ਜਾਣਨਾ ਧਰਮ 'ਚ ਪ੍ਰਵੇਸ਼ ਹੈ। ਹੋ ਸਕਦਾ ਹੈ ਕਿ ਤੁਹਾਡੇ ਵਿਚਾਰ ਸੰਸਾਰ ਦੇ ਨਾ ਹੋਣ, ਆਤਮਾ ਦੇ ਹੋਣ, ਪਰਮਾਤਮਾ ਦੇ ਹੋਣ। ਤੁਸੀਂ ਭਰਮ 'ਚ ਹੋਵੋ ਕਿ ਤੁਸੀਂ ਧਾਰਮਿਕ ਹੋ। ਮੈਂ ਤੁਹਾਡੇ ਇਸ ਭਰਮ ਨੂੰ ਤੋੜ ਦੇਣਾ ਚਾਹੁੰਦਾ। ਵਿਚਾਰ ਮਹਿਜ਼ ਪਰਦਾ ਹਨ, ਵਿਚਾਰ ਮਹਿਜ਼ ਵਿਕਾਰ ਹਨ, ਕਿਉਂਕਿ ਵਿਚਾਰ ਮਹਿਜ਼ ਬਾਹਰੀ ਹੈ। ਕੋਈ ਵਿਚਾਰ ਸਵੈ ਦਾ ਨਹੀਂ ਹੁੰਦਾ, ਸਵੈ ਦਾ ਵਿਚਾਰ ਨਹੀਂ ਹੁੰਦਾ, ਗਿਆਨ ਹੁੰਦਾ। ਵਿਚਾਰ ਦਾ ਪਰਦਾ ਹੈ, ਨਿਰਵਿਚਾਰ ਨਾਲ ਉਦਘਾਟਨ ਹੋ ਸਕਦਾ। ਨਿਰਵਿਚਾਰ ਨਾਲ ਧਿਆਨ ਹੈ। ਜਦ ਕੋਈ ਵਿਚਾਰ ਨਹੀਂ ਹੁੰਦਾ ਤਦ ਅਸੀਂ ਉਹਨੂੰ ਜਾਣਦੇ ਹਾਂ ਜੋ ਕਿ ਵਿਚਾਰਾਂ 'ਚ ਛੁਪਿਆ ਹੁੰਦਾ। ਬਦਲੀਆਂ ਜਦ ਨਹੀਂ ਹੁੰਦੀਆਂ ਤਦ ਨੀਲਾ ਆਕਾਸ਼ ਪ੍ਰਗਟ ਹੁੰਦਾ।
दोस्त एक आकाश अंदर भी है, विचार दियां बदलियां नू विदा करना है ता जो जानिया जा सके। ये हो सकता है जद अख शांत होंदी है उस कोई विचार नहीं होंदा, तदे उस मौन विच उस गूढ़ी निर्विचार निर्विकल्प हालत विच सच दा दर्शन होंदा है। की करो कि ये होवे? एक बहुत ही सौखी जी गल करनी है पर वो बहुत कठिन जापेगी क्योंकि असी बहुत जटिल हाँ। एक हुणे हुणे जन्मे बच्चे नू जो संभव है उही साडे लई असंभव हो गया। फिर तो जगत नूं ते खुद नूं उसे तरह देखना जिवें कि हुणे हुणे जन्मिया बच्चा देख। वो सिर्फ देखदा है, सोचदा नहीं है, वो सिर्फ देखदा है। ये सिर्फ देखना जस्ट सीइंग अनोखा है। ये वो रहस कुंजी है जिस नाल सच दा द्वार खोलिया जा सकता है। मैं तुहानूं देख रहा, मैं बस देख रहा। देखदे हो मैं सोच नहीं रहा, तद एक अपूर्व सन्नाटा एक ज्यूंदी शांति अंदर लथ जाती है। तद सब देखा जाता है, सब सुनिया जाता है, पर अंदर कोई कंबड़ी नहीं होंगी, अंदर कोई प्रतिक्रम नहीं होंदा, विचार नहीं होंदे, सिर्फ दर्शन होंदा है। सही दर्शन, राइट अवेयरनेस, ध्यान की विधि, मैथड ऑफ मैडिटेशन है। देखना है, सिर्फ देखना है, जो बाहर है उन्हू, तो जो अंदर है उन्हू। बाहर वस्तुआं हन, अंदर विचार हन, इन्हों देखना है। इंज ही जिवें असीं सारे बिना मतलब उन्होंने देख रहे होइए, कोई मतलब नहीं है, बस देख रहे हैं। एक गवाह विटनेस हाँ, निरपक्ष गवाह, देख रहे हैं। निरीक्षण चेतनता पड़ावार शांति शून्य निर्विचार लै जाती है। करो तो जाओ। विचार जिमें जिमें लोप होंगे उवें उवें चेतना जागती तो ज्यौती है। कितने भी कदें भी बिना मतलब दो छिण लई रुक जाओ, देखो सुनो, गवाह होवो जगत दे ते अपने आप दे। सोचो नहीं, गवाह होवो, फिर देखो की होंदा है। फिर इस गवाह भाव नू फैलन दिओ, वो तुहाडियां सारियां शरीरक ते मानसिक क्रियावां च मौजूद होवे, वो लगातार नाल होवे। वो होएगा तां तुसीं मिट जाओगे, उहदा दर्शन होएगा जो कि असल च तुसीं हो। मैं तां मिट जांदा ते मैं मिल जांदा। गवाह साधना विच निरपक्ष दृष्टा दे निरीक्षण विच उस उपरों जिहदे कि असीं गवाह हाँ, उस उपर अपने आप चल आउणा, ट्रांसफॉर्मेशन तब्दीली हो जाती है, जो कि गवाह है। विचारां नूं देखदे देखदे उहदियां झलकां आउण लगदियां जो कि उहनां नूं देख रहा है। फिर एक दिन जब वो अपनी पूरी सज धज ते गौरव च प्रगट हुंदा है तां साडी सारी गरीबी ते दीनता मिट जाती है। ये साधना अजिही नहीं है, कदे कीती ते मुक्त होए, इनू तो लगातार दिन रात साधना है। ये हौली हौली सारे समय दे व्यापत हो जाती है। गवाह भाव नू करदे करदे उस भाव च जाते जाते वह भाव थिर हो जाता है, वह भाव लगातार मौजूद रहन लगता है। उठते बैठते चलते रुकते वह मौजूद रहता है, हौली हौली जागते सौंदे भी रहन लगता है, नींद च भी वह बनिया रहा है। तो जब वो नींद विच भी बनिया रहन लगे तो जानना चाहिए कि गूढ़ा होया उहदे अंदर प्रवेश किया, तां असीं जागदे हुए भी सुते हाँ, तद सुते हुए भी जागदे रहने हाँ। गवाह भाव की साधना जाग च विचार ते नींद तो सुपनिया नू विदा कर देंदी है। विचार ते सुपना शून्य चित अपनियां तरंगां गवा देंदा है, वह निस्तरंग हुंदा है, निरकंब, जिवें किसी सागर उत्ते लहरां ना होण तो निस्तरंग वेवलैस हुंदा है। जिवें किसी अजिहे घर च जिथे हवा दे बुल्ले नहीं हुंदे, दीवे दी लाट निरकंब हुंदी है, इस हालत च जाणिया जांदा है जो स्वय है, जो मैं हाँ, जो सच है। तो प्रभु दे भवन दे द्वार खुलते हैं, शास्त्रां विच शब्दां विच नहीं, अपने आप च द्वार है। इसलिए मैं कहा कि किते ना पालो बल्कि अपने विच ही पालो, किते ना जाओ अपने अंदर ही जाओ। इस जान लई मैं विधि नूं समझाया, तुहाडियां अखां च आई शांति ते चमक तो मैं समझदा कि तुसीं समझे हो, पर इन्नी समझ ही काफ़ी नहीं है। बौद्धिक समझ अंडरसटैंडिंग काफ़ी नहीं है, वो नहीं, आत्मक एहसास एक्सपीरियंस ही सच जीवन की बुनियाद बनती है। जो मैं कहा वो दिशा च जरा चल के देखो, उस दिशा च कुछ कु हो के देखो, तुसी थोड़ा कु ही चलो पर बहुत पहुँच जाओगे, क्योंकि सच वल नूं चलण दे। जिवें जिवें असी उहदे नेड़े हुंदे आ उवें उहदी खिच शक्ति ग्रैविटेशन की भी प्रभावी हुंदी जाती है, असी चलते ही नहीं खिच भी लै जांदे आ। अंत च इन्ना चेता रखो कि जिहड़े तुरदे आ वश पहुँच जाते हैं, परमात्मा वल नूं चुकिया कोई भी कदम व्यर्थ नहीं जांदा। मैं इस सच की गवाही दे रहा, मैं चाहना एक छिण लई भी उस छिण नूं जाणो, गवाही दे सको, वह नेड़े ही है। सिर्फ तुहाड़े जागण की गल है, सूरज तो निकली ही होया, सिर्फ तुसी अखां नूं बस खोल लो। इस अखां खोलण लई ही मैं सद्दा दे रहा, तुसी मेरी पुकार सुनोगे, अखां खोलोगे, ये फैसला ते संकल्प तुहाडे उत्ते, सिर्फ तुहाडे उत्ते निर्भर है। धन्यवाद।